ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਪਟਨ ਅਮਰਿੰਦਰ ਸਿੰਘ ਜੀ, ਜੋ ਤੁਹਾਡੇ ਸਾਹਮਣੇ ਇੱਕ ਬੇਨਤੀ ਕੀਤੀ ਜਾਂਦੀ ਆ ਕਿ ਜੋ ਤੁਸੀਂ ਨਸ਼ੇ ਦੇ ਉੱਤੇ ਮੁੱਦਾ ਚੱਕਿਆ ਗਾ, ਇਹ ਬਹੁਤ ਹੀ ਵਧੀਆ ਅਤੇ ਸਾਫ਼ ਸੁਥਰਾ ਗਾ, ਕਿਉਂਕਿ ਜੇ ਸਾਡੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਜੇ ਤਾਂ ਬੱਚਿਆਂ ਦੀਆਂ ਜ਼ਿੰਦਗੀਆਂ ਵੀ ਵੱਸ ਸਕਦੀਆਂ ਨੇ। ਅਸੀਂ ਜੇ ਤੁਸੀਂ ਨਸ਼ੇ ਦੇ ਬਾਰੇ ਆਵਾਜ਼ ਚੱਕੀ ਆ ਤੁਸੀਂ, ਅਤੇ ਅਸੀਂ ਇੱਕ ਵਾਰੀ ਪਹਿਲਾਂ ਵੀ ਰੈਲੀ ਕੱਢੀ ਜਦੋਂ ਤੁਸੀਂ ਮੰਤਰੀ ਬਣੇ ਸੀਗੇ, ਉਸ ਟਾਈਮ ਵੀ ਅਸੀਂ ਦੁਕਾਨਾਂ ਉੱਤੇ ਜਾ ਕੇ ਘਰ ਘਰ ਜਾ ਕੇ ਅਸੀਂ ਯਾਨੀ ਕਿ ਗਲੀਆਂ ਦੇ ਵਿੱਚ ਅਸੀਂ ਰੋਸ ਕੀਤਾ ਸੀ ਵੀ ਨਸ਼ਾ ਬੰਦ ਕਰੋ। ਉਸ ਟਾਈਮ ਇਹਨਾਂ ਦੁਕਾਨਾਂ ਵਾਲਿਆਂ ਨੇ ਵੀ ਸਾਨੂੰ ਕਿਹਾ ਸੀ ਵੀ ਅਸੀਂ ਨਸ਼ਾ ਨਹੀਂ ਵੇਚਦੇ ਗੇ। ਅਤੇ ਜਿਹੜਾ ਅਸੀਂ ਇੱਕ ਪਿਛਲੇ ਐਤਵਾਰ ਵੀ ਅਸੀਂ ਰੈਲੀ ਕੱਢੀ, ਉਸ ਦਿਨ ਅਸੀਂ ਇਹਨਾਂ ਨੂੰ ਹਦਾਇਤ ਦੇ ਕੇ ਆਏ ਸੀ ਵੀ ਤੁਸੀਂ ਨਸ਼ਾ ਸਿਗਰਟਾਂ ਬੀੜੀਆਂ ਜਾਂ ਕੋਈ ਵੀ ਜਿਹੜਾ ਕੂਲ ਹੈ ਪਜਾ ਹੈਗੀਆਂ ਚੀਜ਼ਾਂ ਵਗੈਰਾ ਹੈ ਨਹੀਂ ਵੇਚਣੀਆਂ ਤੁਸੀਂ, ਕਿਉਂਕਿ ਇਹ ਸਰਕਾਰ ਦੇ ਆਰਡਰ ਨੇ, ਜੇ ਆਪਾਂ ਸਰਕਾਰ ਦਾ ਸਾਥ ਦੇਵਾਂਗੇ ਇਹ ਚੀਜ਼ਾਂ ਫਿਰ ਖਤਮ ਹੋਣਗੀਆਂ। ਸਾਨੂੰ ਉਹਨਾਂ ਨੇ ਇੱਕ ਹੀ ਬਿਆਨ ਕੀਤਾ ਵੀ ਸਰਕਾਰ ਨੂੰ ਕਹੋ ਵੀ ਪਿੱਛੇ ਤੋਂ ਬੰਦ ਕਰੋ, ਠੀਕ ਆ। ਜੇ ਅਸੀਂ ਦੁਕਾਨਾਂ ਉੱਤੇ ਜਾਂਦੇ ਹਾਂ ਤਾਂ ਦੁਕਾਨਾਂ ਵਾਲੇ ਸਾਡੇ ਗਲ ਪੈਂਦੇ ਆ, ਕਹਿੰਦੇ ਕੈਪਟਨ ਨੂੰ ਕਹੋ ਪਿੱਛੇ ਤੋਂ ਬੰਦ ਕਰੋ। ਕੈਪਟਨ ਅਮਰਿੰਦਰ ਸਿੰਘ ਜੀ, ਜਾਂ ਤਾਂ ਸਾਨੂੰ ਪ੍ਰਸ਼ਾਸਨ ਦਿਓ ਤੁਸੀਂ, ਠੀਕ ਆ, ਮੁਲਾਜ਼ਮ ਦਿਓ ਸਾਨੂੰ ਅਤੇ ਜੋ ਅਸੀਂ ਇਹ ਚੀਜ਼ਾਂ ਬੰਦ ਕਰ ਸਕੀਏ, ਅਤੇ ਅਸੀਂ ਇਸ ਦੇ ਖਿਲਾਫ਼ ਅਸੀਂ ਤੁਹਾਡੇ ਨਾਲ ਲਾ ਕੇ ਆਵਾਜ਼ ਚੱਕਾਂਗੇ ਅਸੀਂ, ਅਤੇ ਜੋ ਵੀ ਇਹ ਗਲਤ ਕੰਮ ਕਰਦਾ ਉਹਦੇ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰੋ। ਅਤੇ ਅਸੀਂ ਹੁਣੇ ਰੈਲੀ ਕੱਢ ਕੇ ਆਏ ਸੀ ਕਿਉਂਕਿ ਦੁਕਾਨਾਂ ਵਾਲਿਆਂ ਨੇ ਸਾਨੂੰ ਇਹੀ ਕਿਹਾ ਵੀ ਤੁਸੀਂ ਕੌਣ ਹੁੰਦੇ ਹਾਂ ਰੈਲੀਆਂ ਕੱਢਣ ਵਾਲੇ, ਜਾਂ ਤੁਸੀਂ ਕੌਣ ਹੁੰਦੇ ਹਾਂ ਤੁਸੀਂ ਵੀ ਆਪਣਾ ਨਸ਼ਾ ਬੰਦ ਕਰਾਉਣ ਵਾਲੇ। ਅਸੀਂ ਇੱਕ ਤੁਹਾਡੀ ਆਵਾਜ਼ ਦੇ ਉੱਤੇ ਆਵਾਜ਼ ਚੱਕੀ ਹੈ ਕੈਪਟਨ ਅਮਰਿੰਦਰ ਸਿੰਘ ਜੀ, ਅਤੇ ਜੇ ਤੁਸੀਂ ਸਾਡਾ ਸਾਥ ਦਿੰਦੇ ਹਾਂ ਤਾਂ ਅਸੀਂ ਇਹ ਕੰਮ ਕਰਾਂਗੇ, ਅਤੇ ਨਹੀਂ ਇਹ ਨਸ਼ਾ ਨਹੀਂ ਰੋਕ ਸਕਦਾ ਬੇਸ਼ੱਕ ਦੀ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਿਓ, ਕਿਉਂਕਿ ਇਹ ਤੁਹਾਡੇ ਇਕੱਲੇ ਦੇ ਵੱਸ ਦਾ ਕੰਮ ਨਹੀਂ, ਇਹ ਸਾਰਿਆਂ ਦੇ ਹੀ ਰਲ ਮਿਲ ਕੇ ਜੇ ਤੁਹਾਡਾ ਸਾਥ ਦੇਣਗੇ ਤਾਂ ਫਿਰ ਇਹ ਨਸ਼ਾ ਬੰਦ ਹੋਊਗਾ। ਜੇ ਤੁਸੀਂ ਸਾਡਾ ਸਾਥ ਦਿਓਗੇ ਤਾਂ ਅਸੀਂ ਅੱਗੇ ਵੀ ਇਹ ਆਵਾਜ਼ ਚੱਕਾਂਗੇ ਅਸੀਂ ਨਸ਼ੇ ਦੀ, ਅਤੇ ਜੇ ਤੁਹਾਡਾ ਪ੍ਰਸ਼ਾਸਨ ਸਾਡਾ ਸਾਥ ਨਹੀਂ ਦੇਊਗਾ ਤਾਂ ਅਸੀਂ ਕੋਈ ਰੈਲੀ ਨਹੀਂ ਕੱਢਣੀ, ਕੁਛ ਨਹੀਂ ਕਰਨੀ, ਕਿਉਂਕਿ ਇਹ ਤੁਸੀਂ ਆਵਾਜ਼ ਚੱਕੀ ਸੀ ਵੀ ਨਸ਼ਾ ਬੰਦ ਕਰਨਾ, ਅਸੀਂ ਇਹ ਤੁਹਾਡੀ ਆਵਾਜ਼ ਦਾ ਅਸੀਂ ਇਹ ਮੁੱਲ ਤਾਰ ਰਹੇ ਹਾਂ, ਤੁਹਾਡੇ ਨਾਲ ਖੜ੍ਹੇ ਹਾਂ ਅਸੀਂ, ਅਤੇ ਤੁਹਾਡੇ ਨਾਲ ਨਾਲ ਅਸੀਂ ਚੱਲ ਰਹੇ ਹਾਂ। ਮੈਨੂੰ ਕਿਸੇ ਪਾਰਟੀ ਨਾਲ ਤਾਲੁਕਾਤ ਨਹੀਂ, ਨਾ ਮੈਂ ਕੋਈ ਅਕਾਲੀ ਹਾਂ ਅਤੇ ਨਾ ਮੈਂ ਕੋਈ ਕਾਂਗਰਸੀ ਹਾਂ, ਮੈਂ ਇੱਕ ਗੁਰੂ ਦਾ ਸਿੱਖ ਹਾਂ, ਗੁਰੂ ਦਾ ਸਿੱਖ ਹੋਣ ਦੇ ਨਾਂ 'ਤੇ ਸਹੀ ਕੰਮ ਕਰੂੰਗਾ, ਅਤੇ ਸਾਡਾ ਬੱਚਾ ਕੋਈ ਵੀ ਨਸ਼ੇ 'ਤੇ ਨਹੀਂ ਲੱਗਣਾ ਚਾਹੀਦਾ। ਅਤੇ ਕੈਪਟਨ ਅਮਰਿੰਦਰ ਸਿੰਘ ਜੀ, ਫਿਰ ਤੁਹਾਨੂੰ ਇਹੀ ਬੇਨਤੀ ਕਰ ਰਿਹਾ ਗਾ ਮੈਂ ਵੀ ਤੁਸੀਂ ਵੱਧ ਤੋਂ ਵੱਧ ਇਹ ਚੀਜ਼ ਦਾ ਸਾਡਾ ਸਾਥ ਦਿਓ, ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਆਪਦੇ ਮੁਲਾਜ਼ਮ ਭੇਜੋ ਅਤੇ ਜੋ ਸਾਡਾ ਸਾਥ ਦੇਣ ਅਤੇ ਨਾਲ ਮੁੰਡਿਆਂ ਨੂੰ ਲੈ ਕੇ ਇਹ ਜਿਹੜਾ ਨਸ਼ੇ ਦੇ ਉੱਤੇ ਰੋਕ ਲਾ ਸਕਣ, ਅਤੇ ਦੁਕਾਨਾਂ ਦੇ ਉੱਤੋਂ ਜਿਹੜੇ ਖੋਖੇ ਥਾਂ ਥਾਂ ਸਿਗਰਟਾਂ ਬੀੜੀਆਂ 'ਤੇ ਲੱਗੇ ਹੋਏ ਆ, ਇਹ ਵੀ ਬੰਦ ਕਰਾਓ ਆਪਦੇ ਪ੍ਰਸ਼ਾਸਨ ਨੂੰ ਕਹਿ ਕੇ। ਅਤੇ DC ਸਾਹਿਬ ਨੂੰ ਵੀ ਮੇਰੀ ਇਹੀ ਬੇਨਤੀ ਹੈ ਚਰਨਾਂ ਦੇ ਵਿੱਚ ਵੀ ਤੁਸੀਂ ਇਹ ਚੀਜ਼ਾਂ 'ਤੇ ਰੋਕ ਲਾਓ, ਅਤੇ ਜੋ ਸਾਨੂੰ ਦੁਕਾਨਾਂ ਵਾਲੇ ਅੱਗੇ ਤੋਂ ਗੱਲ ਸਾਡੇ ਗੱਲ ਨਾ ਪੈਣ, ਸਾਡੇ ਮੂਹਰੇ ਨਾ ਬੋਲਣ, ਅਤੇ ਸਾਨੂੰ ਇਹ ਚੀਜ਼ਾਂ ਨਾ ਕਹਿਣ ਵੀ ਤੁਸੀਂ ਪਿੱਛੇ ਤੋਂ ਬੰਦ ਕਰਾਓ, ਕਿਉਂਕਿ ਇਹ ਸਾਨੂੰ ਫਰਜ਼ ਮੰਨਦਾ ਸਾਡਾ ਪਿੱਛੇ ਤੋਂ ਹੀ ਬੰਦ ਕਰਨ ਦਾ। ਅਤੇ ਤੁਹਾਡੇ ਅੱਗੇ ਇਹੀ ਬੇਨਤੀ ਹੈ ਕੈਪਟਨ ਅਮਰਿੰਦਰ ਸਿੰਘ ਜੀ ਵੀ ਸਾਡਾ ਪ੍ਰਸ਼ਾਸਨ ਸਾਥ ਦੇਵੇ ਅਤੇ ਅਸੀਂ ਉਹਦਾ ਸਾਥ ਦੇਵਾਂਗੇ, ਅਤੇ ਇਹ ਨਸ਼ੇ ਜਿਹੜੇ ਦੁਕਾਨਾਂ ਦੇ ਉੱਤੋਂ ਵੀ ਸਿਗਰਟਾਂ ਬੀੜੀਆਂ ਦੇ ਜਿਹੜੇ ਖੋਖੇ ਲੱਗੇ ਹੋਏ ਆ ਸ਼ਹਿਰਾਂ ਦੇ ਵਿੱਚ ਥਾਂ ਥਾਂ ਕਿਤੇ ਵੀ ਲੱਗੇ, ਇਹ ਸਾਰੇ ਬੰਦ ਹੋਣੇ ਚਾਹੀਦੇ ਆ। ਤੁਸੀਂ ਇਹ ਪ੍ਰਸ਼ਾਸਨ ਨੂੰ ਕਹਿ ਕੇ ਇਹ ਬੰਦ ਕਰਵਾਓ ਕੈਪਟਨ ਅਮਰਿੰਦਰ ਸਿੰਘ ਜੀ, ਇੰਨੀ ਕੁ ਮੇਰੀ ਬੇਨਤੀ ਆ। ਜੇ ਮੈਂ ਤੋਂ ਬੋਲਣ ਵੇਲੇ ਗਲਤੀ ਹੋ ਗਈ ਤਾਂ ਮੈਨੂੰ ਮਾਫ਼ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।